ਬੋਲੀ ਹੈ ਦੋਵੇਂ ਹੀ ਉਹਨਾਂ ਨੇ ਨਾਮ ਅਸਲ ਬੋਲੀ ਹੈ ਬੁੱਲ ਡਾਗ ਜਿਹਨੂੰ ਕਹਿੰਦੇ ਹਨ ਉਹਨਾਂ ਨੇ ਕੱਲ ਨੂੰ ਨਾਮ ਬਣਾਉਣਾ ਜੀ ਹਾਂਜੀ ਦੇ ਇਹਨਾਂ ਦੀ ਬਣਾ ਲਓ ਇਹਦੀ ਕਿੰਨੀ ਕੁ ਉਮਰ ਆ 6-6 ਮਹੀਨੇ ਤਾਂ ਜੀ ਦਵਾਂ 6 ਮਹੀਨੇ ਦੋਵਾਂ ਦੀ ਅੱਛਾ ਡੇਲੀ ਗੋਸ਼ਤ ਪਾਉਂਦੇ ਕਿੰਨਾ ਗੋਸ਼ਤ ਖਾਣ ਡੇਲੀ ਡੇਲੀ ਹੈ ਇਹਨਾਂ ਦਾ ਤਕਰੀਬਨ 5-6 ਕਿਲੋ ਹੈ ਦੁੱਧ ਵੀ ਨਾਲ ਦੁੱਧ ਨਹੀਂ ਸਿਰਫ ਗੋਸ਼ਤ ਸਰਦੀ ਦੇ ਵਿੱਚ ਗਰਮੀ ਚ ਦੁੱਧ ਗੋਸ਼ਤ ਕਾਦਾ ਬੱਕਰੇ ਦਾ ਦੂਜਾ ਕੱਟੇ ਦਾ ਕੱਟੇ ਦਾ ਸਹੀ ਉਹ ਬੰਨਿਆ ਇਹਨੂੰ ਕਿਹਨੇ ਬੰਨਿਆ ਲੜਨ ਦੀ ਉਮਰ ਇਹਦੀ ਮਤਲਬ ਕਿੰਨੀ ਕੁ ਉਮਰ ਹੋਵੇ ਤਾਂ ਲੜਾਉਂਦੇ ਤੁਸੀਂ 2.5 ਸਾਲ 2.5 ਸਾਲ ਹਟਾਈ ਯਾਰ ਇਹਨੂੰ ਹਟਾਈ ਕੱਪੜੇ ਖਰਾਬ ਪਸ਼ੂ ਹੈਗਾ ਲਾਡ ਕਰਦੇ ਲਾਡ ਲੇਕਿਨ ਫਿਰ ਉਹ ਥੋੜ੍ਹਾ ਜਿਹਾ ਵਜ਼ੂ ਤਾਂ ਮਸਲਾ ਹੁੰਦਾ ਗਲਾਸ ਤੇ ਲਿਆ ਭੱਜ ਕੇ ਗੰਨੇ ਚੰਗੇ ਲੱਗਦੇ ਗਰਮੀ ਬੜੀ ਲੱਗਦੀ ਉਹਨਾਂ ਨੂੰ ਤੋ ਛਾਵੇਂ ਬੰਨੋ ਇਹ ਸਾਰੀ ਗੋਸ਼ਤ ਖਾਣੇ ਤਾਂ ਗਰਮੀ ਲੱਗਦੀ ਹੈ ਅੰਬੇ ਪਏ ਆ ਤੇ ਗਰਮੀ ਆ ਨਾ ਅੱਜ ਹੀ ਧੁੱਪ ਨਿਕਲੀ ਅੱਜ ਹੀ ਜਵਾਨ ਕਾਦਾ ਹੈ ਇਹ ਤੁਸੀਂ ਫਿਰ ਲੜਾਉਂਦੇ ਰੱਖੇ ਵੈ ਸ਼ੌਕੀ ਜੀ ਲੜਾਉਣੇ ਆ ਸਰ ਜੀ ਅੱਛਾ ਤੇ 6 ਮਹੀਨੇ ਦੇ ਚੰਗੇ ਗਰੁੱਪ ਨਾਲ ਖੇਡਾਂਗੇ ਸਾਰੀ ਕੇ ਸਾਲ ਬਾਅਦ ਤੇ ਚੰਗੇ ਜਿਹੜੇ ਨਾਮੀ ਗ੍ਰਾਮੀ ਕੁੱਤੇ ਆਪਾਂ ਛੱਡਣਾ ਉਹਨਾਂ ਨਾਲ ਹਾਂਜੀ ਹਾਂਜੀ ਇਨਾਮ ਵਗੈਰਾ ਹੁੰਦਾ ਫਿਰ ਉਹਨਾਂ ਦਾ ਕੋਈ ਇਨਾਮ ਕਾਫੀ ਹੋਣਾ ਹਾਂ ਲੱਖਾਂ ਚ ਹੁੰਦਾ ਨਾ ਇਨਾਮ ਨਹੀਂ ਹੁੰਦਾ ਕੱਪ ਵੀ ਹੁੰਦਾ ਇਨਾਮ ਬਣ ਜਾਵੇ ਨਾ ਇੱਕ ਕੱਪ ਵੀ ਹੁੰਦਾ ਹਾਂਜੀ ਫਿਰ ਤਗੜੀਆਂ ਜਗ੍ਹਾ ਤੇ ਇਹ ਕਬੂਤਰ ਬਾਦਾਂ ਤਰ੍ਹਾਂ ਨਾ ਸਾਰਾ ਸਿਸਟਮ ਹੁੰਦਾ ਇਹਨਾਂ ਦਾ ਪੂਰਾ ਮੈਕੇਨਿਜ਼ਮ ਬਣਿਆ ਛਾਵੇਂ ਕਰੋ ਇਹਨਾਂ ਨੂੰ ਯਾਰ ਧੁੱਪੇ ਅੱਜ ਤਾਂ ਨਹੀਂ ਅੱਜ ਤਾਂ ਨਹੀਂ ਧੁੱਪ ਸਹਿਣੀ ਇਹਨਾਂ ਨੇ ਜਿਹੜੀ ਧੁੱਪ ਆ ਬੁਲਡੌਗ ਮਾਸ਼ਾਅੱਲਾ ਲੱਕ ਗੈਰ ਚਾਈ ਫਿਰਦੇ ਸੋਹਣੇ ਵੈਸੇ ਨਹੀਂ ਪੈਂਦੇ ਨਹੀਂ ਕਿਸੇ ਨੂੰ ਮੇਰੇ ਤਾਈ ਜੀ ਉਮਰ ਕੋਈ ਨਹੀਂ ਆ 6-6 ਮਹੀਨੇ ਜਦੋਂ 7 ਸਾਲ ਦੇ ਹੋ ਗਏ ਫੇਰ ਛੱਡ ਲੈਣੇ ਇਹਨਾਂ ਨੇ ਕਿਸੇ ਨੂੰ ਹਾਂ ਰਾਤ ਨੂੰ ਮੈਨੂੰ ਭੌਂਕਦੇ ਭੌਂਕਦੇ ਨਹੀਂ